ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕੀ ਹਾਲ ਹੈ ਜੀ ਸਾਰਿਆਂ ਦਾ। ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ। ਨੰਬਰ ਹੈ ਜੀ ਮੇਰਾ 7796639488। ਜੇ ਕਿਸੇ ਵੀਰ ਨੇ ਕਿਸੇ ਪ੍ਰਕਾਰ ਦੀ ਐਡ ਕਰਾਉਣੀ ਹੈ ਆਪਣੇ ਚੈਨਲ 'ਤੇ, ਗੱਡੀ ਦੀ, ਕਾਰ ਦੀ, ਟਰੈਕਟਰ ਦੀ, ਜ਼ਮੀਨ ਦੀ, ਕੋਠੀ ਦੀ, ਪਲਾਟ ਦੀ, ਤਾਂ ਇਸ ਨੰਬਰ 'ਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ ਜੀ, ਬਾਕੀ ਉਹਦੀ ਸਾਰੀ ਜਾਣਕਾਰੀ ਲਿਖ ਕੇ ਮੇਰੇ ਵਟਸਐਪ ਨੰਬਰ 'ਤੇ ਸੈਂਡ ਕਰ ਦਿਓ। ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਟਰੈਕਟਰ ਮੰਡੀ 'ਤੇ ਲਗਾ ਦਿਆਂਗੇ ਜੀ। ਮੈਂ ਕਹਾਂ ਜੀ ਜਿਹੜਾ ਉਹਦਾ ਰੇਟ ਆ ਉਹ ਮਾਰਕੀਟ ਦੇ ਹਿਸਾਬ ਨਾਲ ਲਾਉਣਾ ਹੈ। ਇੱਕ ਗੱਲ ਹੋਰ ਜੀ, ਆਪਾਂ ਇੱਕ ਨਵਾਂ ਚੈਨਲ ਬਣਾਇਆ ਜੀ ਗੇਮਾਂ 'ਤੇ, ਗੇਮਾਂ ਖੇਡਦੇ ਹੁੰਦੇ ਜੀ। ਹਰ ਰੋਜ਼ 11 ਤੋਂ 12 1 ਵਜੇ ਤੱਕ 2-2.5 ਘੰਟੇ ਲਾਈਵ ਹੁੰਦੇ ਹਾਂ ਅਤੇ ਪੂਰਾ ਮਨੋਰੰਜਨ ਕਰਦੇ ਹਾਂ ਜੀ, ਪੰਜਾਬੀ ਦੇ ਵਿੱਚ ਹੀ ਬੋਲਦੇ ਹਾਂ। ਅਤੇ ਜਿੰਨੇ ਵੀਰ ਆਪਣੇ ਵੀਡੀਓ ਦੇਖ ਰਹੇ ਨੇ ਅਤੇ ਸਾਰੇ ਵੀਰ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਨਾਮ ਹੈ ਜੀ ਚੈਨਲ ਦਾ PV31 ਵਾਲੇ, ਪੰਜਾਬੀ ਦੇ ਵਿੱਚ ਕਮੈਂਟਰੀ ਕਰਦੇ ਹਾਂ। ਬਾਕੀ ਜਿਹੜਾ ਚੈਨਲ ਦਾ ਲਿੰਕ ਹੈ ਡਿਸਕ੍ਰਿਪਸ਼ਨ 'ਚ ਥੱਲੇ ਦਿੱਤਾ ਹੋਇਆ ਜੀ, ਅਤੇ ਸਪੋਰਟ ਕਰ ਦਿਓ ਜੀ ਪੂਰੀ। ਅਤੇ ਜਿੰਨੇ ਵੀਰ ਦੇਖ ਰਹੇ ਨੇ ਸਾਰੇ ਆ ਜਾਓ ਜੀ ਆਪਣੇ ਉਸ ਚੈਨਲ 'ਤੇ। ਅਤੇ ਹੁਣ ਕਰਦੇ ਹਾਂ ਮਸ਼ੀਨਰੀ ਦੀ ਗੱਲ। ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਹਾਜ਼ਰ ਹੈ ਜੀ। ਪੀਕਅਪ ਹੈ, ਐਂਟਰ ਟਰੈਕਟਰ ਹੈ, ਸਵਰਾਜ ਹੈ ਜੀ, ਰੀਪਰ, ਟਰਾਲੀ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜਨ ਗੱਡੀ, 1998 ਮਾਡਲ ਹੈ, 60,000 ਵੀਰ ਨੇ ਡਿਮਾਂਡ ਰੱਖੀ ਜੀ। ਫਗਵਾੜਾ ਇਹਨਾਂ ਦਾ ਏਰੀਆ ਹੈ ਅਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਬਾਕੀ ਸ਼ੋ ਹੋ ਰਿਹਾ, ਇਹਨਾਂ ਨੂੰ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਟਰਾਲੀ, 11-6 ਦੀ ਟਰਾਲੀ ਹੈ। ਟਰਾਲੀ ਦੀ ਕੰਡੀਸ਼ਨ ਦੱਸਣ ਦੀ ਲੋੜ ਨਹੀਂ ਜੀ, ਕੰਡੀਸ਼ਨ ਜੇ ਬਿਲਕੁਲ ਵਧੀਆ ਅਤੇ ਸਾਫ਼ ਟਰਾਲੀ ਹੈ, ਕੰਡੀਸ਼ਨ ਬਿਲਕੁਲ ਓਕੇ ਹੈ, ਰੰਗ ਪੈਡ ਬਿਲਕੁਲ ਸਾਫ਼ ਪਿਆ, ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਜੀ, 60-70% ਟਾਇਰਾਂ ਦੀ ਕੰਡੀਸ਼ਨ ਪਈ ਹੈ। ਬਿੱਡ ਲੱਗੇ ਹੋਏ ਹੈ, ਜਾਲੀ ਲੱਗੀ ਹੈ ਜੀ, ਪੂਰੀ ਵਧੀਆ ਅਤੇ ਸਾਫ਼ ਟਰਾਲੀ ਹੈ, ਕਿਸੇ ਪਾਸੇ ਕੋਈ ਗਲੀ ਸੜੀ ਨਹੀਂ, ਪੂਰੀ ਵਧੀਆ ਹੈਵੀ ਟਰਾਲੀ ਹੈ ਜੀ। 1,40,000 ਵੀਰ ਨੇ ਡਿਮਾਂਡ ਰੱਖੀ ਹੈ। ਮਾਨਸਾ ਇਹਨਾਂ ਦਾ ਏਰੀਆ ਹੈ, ਮਾਨਸਾ ਪੰਜਾਬ 'ਚ ਪੈ ਜਾਂਦਾ, ਜ਼ਿਲ੍ਹਾ ਮਾਨਸਾ ਹੈ ਅਤੇ ਉੱਥੇ ਖੜ੍ਹੀ ਹੈ, ਤੁਸੀਂ ਜਾ ਕੇ ਦੇਖਣੀ ਹੋਵੇ ਤਾਂ ਜਾ ਕੇ ਦੇਖ ਸਕਦੇ ਹੋ। ਅਤੇ ਟਰਾਲੀ ਪੂਰੀ ਵਧੀਆ ਅਤੇ ਸੋਹਣੀ ਟਰਾਲੀ ਹੈ, ਰੰਗ ਵੀ ਨਾਲ ਦਾ ਬਿਲਕੁਲ ਸਾਫ਼ ਹੈ, ਖਰੀਦ ਸਕਦੇ ਹੋ ਦੇਖ ਕੇ। ਅਤੇ ਪੂਰੀ ਵਧੀਆ ਟਰਾਲੀ ਹੈ, ਖਰੀਦਣ ਲਈ ਇਹਨਾਂ ਨੂੰ ਫੋਨ ਕਰ ਸਕਦੇ ਹੋ ਅਤੇ ਜਾ ਸਕਦੇ ਹੋ ਜੀ। ਨੰਬਰ ਮਾਲਕ ਵੀਰ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ, 84-374-97-071 ਮਾਲਕ ਵੀਰ ਦਾ ਨੰਬਰ ਹੈ। 11-6 ਦੀ ਟਰਾਲੀ ਹੈ, 1,40,000 ਵੀਰ ਨੇ ਡਿਮਾਂਡ ਰੱਖੀ ਹੈ ਜੀ। ਬਾਕੀ ਮੌਕੇ 'ਤੇ ਥੋੜ੍ਹਾ ਬਹੁਤਾ ਲੈਸ ਹੋ ਜੂਗਾ, ਰੇਟ ਦੀ ਟੈਨਸ਼ਨ ਨਾ ਲਿਆ ਕਰੋ। ਮਾਨਸਾ ਇਹਨਾਂ ਦਾ ਏਰੀਆ ਹੈ ਅਤੇ ਮਾਨਸਾ ਖੜ੍ਹੀ ਹੈ, ਉੱਥੇ ਜਾ ਕੇ ਤੁਸੀਂ ਦੇਖ ਕੇ ਅਤੇ ਖਰੀਦ ਸਕਦੇ ਹੋ ਜੀ। ਟਰਾਲੀ ਪੂਰੀ ਵਧੀਆ ਅਤੇ ਸਾਫ਼ ਟਰਾਲੀ ਹੈ ਜੀ। ਅੱਗੇ ਤੁਸੀਂ ਦੇਖ ਰਹੇ ਹੋ ਵਿਸ਼ਕਰਮਾ ਵਾਲਾ ਦਾ ਰੀਪਰ, ਰੀਪਰ ਹੈ ਜੀ ਆਹ, ਪੂਰਾ ਸਾਫ਼ ਅਤੇ ਵਧੀਆ ਰੀਪਰ ਪਿਆ, ਰੰਗ ਪੈਡ ਬਿਲਕੁਲ ਸਾਫ਼ ਪਿਆ, ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ, ਬਿਲਕੁਲ ਵਧੀਆ ਅਤੇ ਸਾਫ਼ ਕੰਡੀਸ਼ਨ ਹੈ। ਕਿਸੇ ਵੀਰ ਨੇ ਰੀਪਰ ਖਰੀਦਣਾ ਹੋਵੇ, ਰੀਪਰ ਵਿਕਾਊ ਹੈ, ਰੀਪਰ ਤੁਸੀਂ ਖਰੀਦ ਸਕਦੇ ਹੋ। ਸਾਰਾ ਕੁਛ ਓਕੇ ਹੈ, ਕਟਰ ਵਗੈਰਾ ਜਿੰਨੇ ਵੀ ਹੁੰਦੇ ਹੈ ਬਿਲਕੁਲ ਸਾਫ਼ ਹੈ, ਕੋਈ ਕੰਮ ਨਹੀਂ ਭਾਲਦਾ। 2015 ਮਾਡਲ ਰੀਪਰ ਆਹ, ਅਤੇ ਬਰਨਾਲਾ ਇਹਨਾਂ ਦਾ ਏਰੀਆ, ਜਿੱਥੇ ਰੀਪਰ ਖੜ੍ਹਾ ਬਰਨਾਲਾ ਇਹਨਾਂ ਦਾ ਏਰੀਆ, 65% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ। 82-648-099-05 ਮਾਲਕ ਵੀਰ ਦਾ ਨੰਬਰ ਹੈ ਜੀ। ਬਾਕੀ ਕੋਈ ਵੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਵਿਸ਼ਕਰਮਾ ਵਾਲਾ ਦਾ ਰੀਪਰ ਹੈ,
65% ਇਹਨਾਂ ਦੀ ਕੰਡੀਸ਼ਨ ਪਈ ਹੈ। ਕਿਸੇ ਵੀਰ ਨੇ ਰੀਪਰ ਖਰੀਦਣਾ ਹੋਵੇ, ਰੀਪਰ ਵਿਕਾਊ ਹੈ, ਤੁਸੀਂ ਜਾ ਕੇ ਦੇਖ ਕੇ ਅਤੇ ਆਪਦੀ ਤਸੱਲੀ ਕਰਕੇ ਟਰਾਈਲ ਲੈ ਕੇ ਰੀਪਰ ਨੂੰ ਖਰੀਦ ਸਕਦੇ ਹੋ ਜੀ। 1,25,000 ਵੀਰ ਨੇ ਡਿਮਾਂਡ ਰੱਖੀ ਹੈ, ਬਾਕੀ ਮੌਕੇ 'ਤੇ ਥੋੜ੍ਹਾ ਬਹੁਤਾ ਲੈਸ ਹੋ ਜੂਗਾ ਜੀ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਜਾਣਕਾਰੀ ਲੈ ਸਕਦੇ ਹੋ। 1,25,000 ਵੀਰ ਨੇ ਡਿਮਾਂਡ ਰੱਖੀ ਹੈ ਜੀ, ਪੂਰਾ ਵਧੀਆ ਅਤੇ ਸਾਫ ਰੀਪਰ ਹੈ। ਅੱਗੇ ਤੁਸੀਂ ਦੇਖ ਰਹੇ ਹੋ ਸਵਰਾਜ 855 ਟਰੈਕਟਰ, ਪੁਰਾਣੇ ਮਾਡਲ 'ਚ ਟਰੈਕਟਰ ਹੈ ਜੀ 855, ਅਤੇ ਰੰਗ ਪੈਂਟ ਹੈ ਜਿਹੜਾ ਬਿਲਕੁਲ ਨਾਲ ਦਾ ਅਤੇ ਵਧੀਆ ਪਿਆ ਜੀ। ਮਾਡਲ ਹੈ ਜੀ 1996, 1996 ਮਾਡਲ ਹੈ, ਕੋਈ ਦਿੱਕਤ ਨਹੀਂ, ਸਾਰਾ ਕੰਮ ਹੋਇਆ ਜੀ, ਟਰੈਕਟਰ ਦਾ, ਇੰਜਨ ਦਾ, ਬੈਟਰੀ ਦਾ, ਸਾਰੇ ਚੀਜ਼ ਦਾ, ਗੇਅਰ ਦਾ, ਸਾਰਾ ਓਕੇ ਹੈ ਜੀ, ਕੋਈ ਕੰਮ ਨਹੀਂ ਭਾਲਦਾ, 1 ਰੁਪਏ ਦਾ ਵੀ ਕੰਮ ਨਹੀਂ ਭਾਲਦਾ ਟਰੈਕਟਰ। ਰੰਗ ਹੈ ਜਿਹੜਾ ਤੁਹਾਡੇ ਸਾਹਮਣੇ ਹੈ, ਨਾਲ ਦਾ ਰੰਗ ਹੈ, ਅਤੇ ਟਰੈਕਟਰ ਪੂਰਾ ਸਾਫ ਪਿਆ ਜੀ। ਸੰਗਰੂਰ ਇਹਨਾਂ ਦਾ ਏਰੀਆ ਹੈ, 50% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ, ਮੂਹਰਲੇ ਟਾਇਰ ਨਵੇਂ ਹੈ ਅਤੇ ਪਿਛਲੇ ਟਾਇਰ ਅੱਧੇ ਹੈ ਜੀ, 50% ਟਾਇਰਾਂ ਦੀ ਕੰਡੀਸ਼ਨ ਹੈ। 1,45,000 ਰੁਪਏ ਨੇ ਡਿਮਾਂਡ ਰੱਖੀ ਹੈ, ਬਾਕੀ ਮੌਕੇ 'ਤੇ ਹੋ ਜੂਗਾ ਜੀ। 78143-82651 ਮਾਲਕ ਵੀਰ ਦਾ ਨੰਬਰ ਹੈ, ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ, ਟਰੈਕਟਰ ਵਿਕਾਊ ਆ, ਜਾ ਕੇ ਤੁਸੀਂ ਦੇਖ ਕੇ ਚਲਾ ਕੇ ਜੀ ਵਾਹ ਕੇ ਖਰੀਦ ਸਕਦੇ ਹੋ। 1,45,000 ਡਿਮਾਂਡ, 1996 ਮਾਡਲ, ਸੰਗਰੂਰ ਏਰੀਆ ਜੀ। ਸੰਗਰੂਰ 'ਚ ਜਾ ਕੇ ਤੁਸੀਂ ਜਿੰਨੇ ਵੀਰ ਸੰਗਰੂਰ ਦੇ ਨੇੜੇ ਤੇੜੇ ਹੈਗੇ ਆ, ਕਿਸੇ ਵੀਰ ਨੇ ਸਵਰਾਜ 855 ਟਰੈਕਟਰ ਖਰੀਦਣਾ ਹੋਵੇ ਪੁਰਾਣੇ ਮਾਡਲ 'ਚ, ਤਾਂ ਇਹਨਾਂ ਕੋਲ ਖੜ੍ਹਾ ਹੈ ਜੀ, ਜਾ ਕੇ ਦੇਖ ਕੇ ਅਤੇ ਫੋਨ ਕਰਕੇ ਜਾ ਸਕਦੇ ਹੋ ਅਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਟਰੈਕਟਰ 'ਚ ਕੋਈ ਕਮੀ ਨਹੀਂ, ਬਿਲਕੁਲ ਸਾਫ਼ ਅਤੇ ਵਧੀਆ ਟਰੈਕਟਰ ਹੈ ਜੀ। ਅੱਗੇ ਤੁਸੀਂ ਦੇਖ ਰਹੇ ਹੋ ਐਂਟਰ ਟਰੈਕਟਰ, ਐਂਟਰ ਹੈ ਜੀ 1986 ਮਾਡਲ ਹੈ, ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ, ਨਾਲ ਦਾ ਰੰਗ ਹੈ, ਕੋਈ ਕਮੀ ਪੇਸ਼ੀ ਨਹੀਂ ਟਰੈਕਟਰ 'ਚ। 70,000 ਵੀਰ ਨੇ ਡਿਮਾਂਡ ਰੱਖੀ ਹੈ, ਬਾਕੀ ਮੌਕੇ 'ਤੇ ਲੈਸ ਹੋ ਜੂਗਾ ਜੀ। ਸੰਗਰੂਰ ਇਹਨਾਂ ਦਾ ਏਰੀਆ ਹੈ, ਪਿਛਲੇ ਟਾਇਰ ਬਿਲਕੁਲ ਨਵੇਂ ਹੈ ਜੀ, ਜਿਹੜੇ ਵੀਰ ਦਾ ਪਿੱਛੇ ਟਰੈਕਟਰ ਸੀਗਾ ਸਵਰਾਜ 855, ਉਹਨਾਂ ਦੀ ਆਹ ਟਰੈਕਟਰ ਹੈ ਜੀ। ਨੰਬਰ ਸੇਮ ਰਹੂਗਾ, 78143-82651। ਟਰੈਕਟਰ 'ਚ ਕੋਈ ਕਮੀ ਨਹੀਂ, ਆਹ ਟਰੈਕਟਰ ਦਾ ਵੀ ਫੁੱਲ ਕੰਮ ਹੋਇਆ ਜੀ, ਕੋਈ ਕੰਮ ਨਹੀਂ ਭਾਲਦਾ ਟਰੈਕਟਰ। ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ, ਟਰੈਕਟਰ ਵਿਕਾਊ ਹੈ, ਪੂਰਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ, ਇੰਜਨ ਦੀ, ਬੈਟਰੀ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ, ਕਾਗਜ਼ ਪੱਤਰ ਪੂਰੇ ਹੈ ਜੀ, ਜਾ ਕੇ ਤੁਸੀਂ ਦੇਖ ਕੇ ਚਲਾ ਕੇ ਅਤੇ ਖਰੀਦ ਸਕਦੇ ਹੋ ਜੀ। ਇਹ ਜਿੰਨੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਵੀਡੀਓ ਨੂੰ ਨਵੇਂ ਦੇਖ ਰਹੇ ਨੇ ਵੀਰ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਉਹਨੂੰ ਦੱਬ ਦਿਓ, ਨਾਲ ਇੱਕ ਘੰਟੇ ਦਾ ਬਟਨ ਹੈ ਉਹਨੂੰ ਦਬਾ ਦਿਓ ਜੀ, ਜੁੜ ਜਾਓਗੇ ਆਪਣੇ ਚੈਨਲ ਨਾਲ ਪੱਕੇ ਤੌਰ 'ਤੇ। ਜਦੋਂ ਮੈਂ ਨਵੀਂ ਵੀਡੀਓ ਪਾਊਂਗਾ ਤਾਂ ਉਹਦਾ ਮੈਸੇਜ ਜਿਹੜਾ ਉਹ ਤੁਰਤ ਫਿਰ ਤੁਹਾਡੇ ਮੋਬਾਈਲ 'ਤੇ ਚਲਾ ਜਾਊਗਾ, ਅਤੇ ਤੁਰਤ ਫਿਰ ਤੁਸੀਂ ਵੀਡੀਓ ਨੂੰ ਦੇਖ ਸਕੋਗੇ ਜੀ। ਇਹ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਉ, ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਉ ਜੀ, ਅਤੇ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ 'ਤੇ ਹਰ ਰੋਜ਼ ਆਉਂਦੀ ਹੈ ਜੀ। ਅੱਗੇ ਤੁਸੀਂ ਦੇਖ ਰਹੇ ਹੋ ਮਹਿੰਦਰਾ ਪੀਕਅਪ, ਪੀਕਅਪ ਗੱਡੀ ਹੈ ਜੀ ਮਹਿੰਦਰਾ ਵਾਲਿਆਂ ਦੀ, ਅਤੇ 2006 ਮਾਡਲ ਹੈ, ਹਨੂੰਮਾਨਗੜ੍ਹ ਇਹਨਾਂ ਦਾ ਏਰੀਆ ਜੀ। ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ,
ਸਾਫ ਗੱਡੀ ਪਈ ਹੈ ਪੂਰੀ, ਕਿਸੇ ਵੀਰ ਨੇ ਗੱਡੀ ਖਰੀਦਣੀ ਹੋਵੇ ਗੱਡੀ ਵਿਕਾਊ ਹੈ। 3,25,000 ਵੀਰ ਨੇ ਡਿਮਾਂਡ ਰੱਖੀ ਹੈ, 60% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ, ਬਿਲਕੁਲ ਸਾਫ ਗੱਡੀ ਹੈ, ਰੰਗ ਪੈਂਟ ਨਾਲ ਦਾ ਪੂਰਾ ਵਧੀਆ ਅਤੇ ਸਾਫ ਆ। ਕਿਸੇ ਵੀਰ ਨੇ ਖਰੀਦਣੀ ਹੋਵੇ, ਹਨੂੰਮਾਨਗੜ੍ਹ ਇਹਨਾਂ ਦਾ ਏਰੀਆ ਹੈ, ਉੱਥੇ ਜਾ ਕੇ ਤੁਸੀਂ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, 99,835,12,356, ਪਿਕਅਪ ਗੱਡੀ ਹੈ ਜਿਹਾ, 2006 ਮਾਡਲ ਗੱਡੀ, ਇੰਜਨ ਦੀ ਬੈਟਰੀ ਦੀ ਫੁੱਲ ਗਾਰੰਟੀ ਹੈ ਮਾਲਕ ਵੀਰ ਵੱਲੋਂ, ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਹੈ ਜੀ ਪੂਰੇ ਹੈ, ਕੋਈ ਦਿੱਕਤ ਨਹੀਂ, ਪੂਰੀ ਸਾਫ ਗੱਡੀ ਹੈ, ਜਾ ਕੇ ਤੁਸੀਂ ਦੇਖ ਸਕਦੇ ਹੋ। ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਸਾਫ ਪਈ ਹੈ ਗੱਡੀ, ਸੀਟ ਕਵਰ ਮੈਟ ਸਾਰਾ ਕੁਝ ਓਕੇ ਹੈ, ਇੰਜਨ 'ਚ ਕੋਈ ਕਮੀ ਨਹੀਂ ਨਾ ਕੋਈ ਗੱਡੀ 'ਚ ਕਮੀ ਹੈ। ਕਿਸੇ ਵੀਰ ਨੇ ਗੱਡੀ ਖਰੀਦਣੀ ਹੋਵੇ ਗੱਡੀ ਵਿਕਾਊ ਹੈ, ਗੱਡੀ ਤੁਸੀਂ ਖਰੀਦ ਸਕਦੇ ਹੋ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ। ਅਤੇ ਕਿਸੇ ਵੀਰ ਨੇ ਆਪਣੇ ਚੈਨਲ 'ਤੇ ਐਡ ਕਰਾਉਣੀ ਹੋਵੇ ਕੋਠੀ ਦੀ, ਘਰ ਦੀ ਜਾਂ ਜ਼ਮੀਨ ਦੀ, ਕਿਸੇ ਵੀ ਸੰਦ ਦੀ, ਤਾਂ ਉਹਦੀਆਂ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ ਜੀ, ਬਾਕੀ ਮੇਰਾ ਵਟਸਐਪ ਨੰਬਰ ਪਿੱਛੇ ਆ ਰਿਹਾ ਸੀਗਾ ਉਹ 'ਤੇ ਸੈਂਡ ਕਰ ਦਿਓ, ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ 'ਤੇ ਲਗਾ ਦੇਂਗੇ। ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਆਪਣੀ ਕਿਵੇਂ ਦੀ ਲੱਗੀ ਆ।